ਮੈਨੂੰ ਐਕਸਾਈਟਮੈਂਟ ਬਹੁਤ ਆ, ਥੋੜੀ ਗੱਲਬਾਤ ਘੱਟ ਹੀ ਆ ਰਹੀ ਆ। ਗੁੱਡ ਆਫਟਰਨੂਨ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿੱਧੂ ਰੇਂਜ ਵਾਲਾ ਵਲੌਗਸ 'ਚ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਅੱਜ ਹੈਗਾ ਜੀ ਗੁਰਪੁਰਬ, ਅਤੇ ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਅਤੇ ਬਾਕੀ ਤੁਸੀਂ ਟਾਈਟਲ ਪੜ੍ਹ ਲਿਆ ਹੁਣ ਤਾਂ ਆਪਣੀ ਗੱਡੀ 'ਚ ਆਫ ਰੋਡ ਟਾਇਰ ਪੈਣ ਲੱਗੇ ਨੇ। ਅਤੇ ਚਲੋ ਪਹਿਲਾਂ ਕਰਦੇ ਹਾਂ ਇਹਦੀ ਵੀਡੀਓ ਸਟਾਰਟ, ਅਤੇ ਮਾਰਦੇ ਹਾਂ ਸੈਲਫ। ਆਪਾਂ ਚੱਲਾਂ ਜੀ ਉਬਰ 'ਚ, ਅਤੇ ਕਿਉਂਕਿ ਮੈਂ ਗੱਡੀ ਛੱਡਿਆ ਸੀ 12 ਵਜੇ। ਰੀਜ਼ਨ ਤੁਹਾਨੂੰ ਦੱਸ ਦੇਣਾ ਕੀ ਹੋਇਆ, ਕੀ ਕਹਾਣੀ ਕੀ ਨਿਕਲੀ, ਕਿ ਮੈਂ ਛੱਡਣ ਗਈ ਦੀ ਵੀਡੀਓ ਕਿਉਂ ਨਹੀਂ ਬਣੀ, ਕਿਉਂਕਿ ਮੈਂ ਔਡਰ ਕੀਤੇ ਸੀ 10 ਦਿਨ ਪਹਿਲਾਂ ਔਡਰ ਵੀਲ ਕੀਤੇ ਸੀਗੇ, ਆਪਣੇ ਵੀਲ ਔਡਰ ਕੀਤੇ ਸੀਗੇ, ਅਤੇ ਉਹਦੇ 'ਚ ਬਲੈਕ ਆਊਟ ਪੈ ਕੇ ਲਿਆ ਸੀ। ਮੀਨਸ ਕਿ ਹਰ ਚੀਜ਼ ਉਹਦਾ ਜਿਹੜਾ ਹਰ ਨਟ ਨੁੱਟ ਆ ਉਹ ਬਲੈਕ ਹੋਵੇ, ਤਾਂ ਉਹਦੇ 'ਚ ਉਹਨਾਂ ਨੂੰ ਟਾਈਮ ਲੱਗ ਰਿਹਾ ਸੀਗਾ। ਉਹਨਾਂ ਨੇ ਪੇਂਟਰ ਨੂੰ ਭੇਜੇ, ਪਲੱਸ ਬਲੈਕ ਫਰਾਈਡੇ ਆ ਗਿਆ, ਉਹਦੇ ਕਰਕੇ ਥੋੜ੍ਹਾ ਜਿਹਾ ਬਿਜ਼ੀ ਹੋ ਗਏ ਉਹ। ਅਤੇ ਅੱਜ ਮੈਂ ਵੈਸੇ ਪਤਾ ਕਰਨ ਗਿਆ ਕਿ ਹਾਂ ਵੀ ਮੈਨੂੰ ਕਿੰਨਾ ਕੁ ਟਾਈਮ ਲੱਗੂ ਮੇਰੀ ਗੱਡੀ ਰੈਡੀ ਹੋਣ ਨੂੰ, ਤਾਂ ਉਹ ਕਹਿੰਦੇ ਛੱਡ ਜਾਓ ਗੱਡੀ ਕਿ ਸਾਰਾ ਡਨ ਆ ਕਿ ਕਰ ਦਿੰਦੇ ਹਾਂ ਨਾ। ਅਤੇ ਉਦੋਂ ਮੈਂ ਕੋਈ ਕੈਮਰਾ ਲੈ ਕੇ ਨਹੀਂ ਸੀਗਾ ਨਾਲ, ਅਤੇ ਗੱਡੀ ਛੱਡਿਆ। ਪਰ ਹੁਣ ਫੋਨ ਆਇਆ ਸੀ, ਹਜੇ ਟਾਈਮ ਲੱਗਣਾ ਉਹਨਾਂ ਨੂੰ ਰੈਡੀ ਕਰਨ ਨੂੰ, ਪਰ ਮੈਂ ਕਿਹਾ ਜੀ ਮੈਂ ਹੀ ਚੱਲਦਾ, ਮੇਰੇ ਤੋਂ ਵੇਟ ਨਹੀਂ ਹੁੰਦੀ, ਇਸ ਕਰਕੇ ਆਪਾਂ ਹੁਣ ਉਬਰ 'ਚ ਜਾਵਾਂਗੇ, ਕਿਉਂਕਿ ਗੱਡੀ ਤਾਂ ਆਪਣੇ ਕੋਲ ਹੈ ਨਹੀਂ। ਅਤੇ ਚਲੋ ਫਿਰ ਚੱਲਦੇ ਹਾਂ, ਅਤੇ ਦੇਖਦੇ ਹਾਂ ਗੱਡੀ ਕਿਵੇਂ ਦੀ ਲੱਗਦੀ ਆ ਆਫ ਰੋਡ ਟਾਇਰ ਨਾਲ। ਆਪਾਂ ਪਹੁੰਚ ਗਏ ਜੀ ਹਾਊਸੀ ਟਾਇਰ ਵਾਲਿਆਂ ਦੇ, ਅਤੇ ਹਜੇ ਗੱਡੀ 'ਚ ਮੈਂ ਤੁਹਾਨੂੰ ਦੱਸਿਆ ਕਿ ਹਜੇ ਰੈਡੀ ਨਹੀਂ ਹੈਗੀ, ਪਰ ਹੋ ਜੂਗੀ ਹੁਣ। ਹਜੇ ਪਤਾ ਨਹੀਂ ਟਾਇਰ ਕਿਹੋ ਜਿਹੇ ਲੱਗਣਗੇ, ਕਿਵੇਂ ਲੱਗਣਗੇ। ਅਤੇ ਉਬਰ 'ਚ ਆਪਣੇ ਅੰਕਲ ਜੀ ਸੀਗੇ ਪੰਜਾਬੀ, ਅਤੇ ਕਾਫੀ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ, ਅਤੇ ਆਪਣੇ ਘਰਾਂ ਦੇ ਕੋਲ ਰਹਿੰਦੇ ਸੀਗੇ, ਉਹਨਾਂ ਨੂੰ ਹੋ ਗਏ ਸੀ 34-35 ਸਾਲ। ਚਲੋ ਵੇਟ ਕਰਦੇ ਹਾਂ ਗੱਡੀ ਦੀ, ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਗੱਡੀ। ਆਪਣੀ ਹੋਊਗੀ ਜੀ ਗੱਡੀ ਰੈਡੀ, ਅਤੇ ਤੁਹਾਨੂੰ ਬੈਕ ਸਾਈਡ 'ਤੇ ਦਿਖਦੀ ਹੋਣੀ ਆ, ਅਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਵੀ ਦਿਖਾ ਦਿੰਦਾ। ਪਰ ਥੋੜ੍ਹੀ ਜਿਹੀ ਕਾਹਲੀ ਆ, ਕਿਉਂਕਿ ਆਪਾਂ ਕਿਤੇ ਜਾਣਾ ਵਾ, ਅਤੇ 4:30 ਹੋ ਗਏ ਨੇ, ਇਸ ਕਰਕੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਦਿਖਾ ਦਿੰਦਾ, ਅਤੇ ਬਾਕੀ ਥੋੜ੍ਹੇ ਟਾਈਮ ਤੱਕ ਦਿਖਾਉਣਾ ਤੁਹਾਨੂੰ ਵੀਡੀਓ, ਬਸ ਮਾੜੀ ਜਿਹੀ ਦੇਖ ਲਓ ਬਸ। ਮੈਨੂੰ ਐਕਸਾਈਟਮੈਂਟ ਬਹੁਤ ਆ, ਥੋੜ੍ਹੀ ਗੱਲਬਾਤ ਘੱਟ ਹੀ ਆ ਰਹੀ ਆ, ਪਰ ਨਜ਼ਾਰਾ ਬਹੁਤ ਆ ਰਿਹਾ। ਪਰ ਆਪਣੀ ਵੀਡੀਓ ਪਹੁੰਚ ਗਿਆ ਜੀ ਅਗਲੇ ਦਿਨ 'ਚ, ਅਤੇ ਮਹੀਨੇ ਦੀ ਵੀ ਮਾਰੀ ਛਾਲ। ਪਹਿਲਾਂ ਨਵੰਬਰ ਸੀਗਾ, 30 ਨਵੰਬਰ, ਅਤੇ ਅੱਜ ਹੋ ਗਈ 1 ਦਸੰਬਰ। ਬਰਥਡੇ ਆ ਗਿਆ ਮੇਰਾ ਨੇੜੇ, ਅਤੇ ਆਪਾਂ ਗਿਫਟ ਆਪਦਾ ਆਪ ਹੀ ਲੈ ਲਿਆ ਵੀਲ, ਕਿਉਂਕਿ ਜਦੋਂ ਕੋਈ ਹੋਰ ਗਿਫਟ ਦਿੰਦਾ ਤਾਂ 500 ਦਾ ਦੇ ਦੂ, 1000 ਡਾਲਰ ਦਾ ਦੇ ਦੂ, ਆਪਾਂ ਸਿੱਧਾ ਹੀ ਆਪ ਹੀ ਖਰੀਦੀਦਾ ਕਿ ਵਧੀਆ ਜਿਹਾ ਗਿਫਟ ਨਾਲੇ ਆਪਦੀ ਪਸੰਦ ਦਾ। ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ, ਜਿਹੜੇ ਆਪਣੇ ਵੀਲ ਨੇ ਉਹਨਾਂ 'ਚ ਸ਼ਾਇਦ ਮਤਲਬ ਟਾਇਰ ਕਹਿ ਸਕਦੇ ਆਪਾਂ, ਟਾਇਰਾਂ 'ਚ ਥੋੜ੍ਹਾ ਜਿਹਾ ਪੰਗਾ ਪੈ ਸਕਦਾ। ਉਹ ਤੁਹਾਨੂੰ ਮੈਂ ਘਰੇ ਜਾ ਕੇ ਦੱਸੂਗਾ ਕੀ ਪ੍ਰੋਬਲਮ ਆ ਸਕਦੀ ਹੈ, ਮੈਨੂੰ ਥੋੜ੍ਹਾ ਜਿਹਾ ਟੈਸਟ ਕਰਨਾ ਪੈਣਾ ਗੱਡੀ 'ਤੇ, ਕਿਉਂਕਿ ਇਹ ਗੱਡੀ ਜੇ ਤੁਸੀਂ ਜਿਵੇਂ ਤੁਹਾਨੂੰ ਮੈਂ ਕਿਹਾ ਸੀਗਾ ਕਿ ਰੇਂਜ ਰੋਵਰ 'ਚ ਅਸੀਂ ਚੀਜ਼ ਕਰਾਉਣ ਲੱਗੇ ਹਾਂ, ਜਿਹੜੀ ਬਹੁਤ ਘੱਟ ਰੇਂਜ ਰੋਵਰ 'ਚ ਤੁਹਾਨੂੰ ਦੇਖਣ ਨੂੰ ਮਿਲੂ। ਈਵਨ ਕਿ ਤੁਸੀਂ ਗੂਗਲ 'ਤੇ ਵੀ ਮਾਰ ਲਓ ਨਾ ਕਿ ਰੇਂਜ ਰੋਵਰ ਸਪੋਰਟ ਵਿਦ ਆਫ ਰੋਡ ਟਾਇਰਸ, ਤੁਹਾਨੂੰ ਉਹਦੀਆਂ ਪਿਕਚਰਸ ਜਾਂ ਵੀਡੀਓਜ਼ ਨਹੀਂ ਮਿਲਣਗੀਆਂ। ਇਹ ਗੱਡੀ 'ਤੇ ਆਫ ਰੋਡ ਟਾਇਰ ਬਹੁਤ ਘੱਟ ਪਾਉਂਦੇ ਨੇ, ਅਤੇ ਆਪਾਂ ਪਵਾਏ ਨੇ, ਤਾਂ ਉਹਦੇ ਕਰਕੇ ਥੋੜ੍ਹਾ ਜਿਹਾ ਹੈ ਕਿ ਹਾਂ ਥੋੜ੍ਹਾ ਹਿਸਾਬ ਕਿਤਾਬ ਲਾ ਕੇ ਰੱਖਣਾ ਪੈਣਾ ਕਿ ਕਿਹੜੀ ਪ੍ਰੋਬਲਮ ਆ ਸਕਦੀ ਹੈ ਕਿਹੜੀ ਨਹੀਂ, ਅਤੇ ਉਹ ਮੈਂ ਤੁਹਾਨੂੰ ਘਰੇ ਜਾ ਕੇ ਦੱਸੂਗਾ, ਠੀਕ ਹੈ ਜੀ। ਅਤੇ ਬਾਕੀ ਜਿਵੇਂ ਦੱਸਿਆ ਬਰਥਡੇ ਆ ਰਿਹਾ, ਅਤੇ ਕ੍ਰਿਸਮਿਸ ਵੀ ਬਸ ਫਿਰ 25 ਦਿਨ ਰਹਿ ਗਏ, ਅਤੇ ਇੱਥੇ ਕ੍ਰਿਸਮਿਸ ਦੀ ਜ਼ਿਆਦਾ ਖੁਸ਼ੀ ਹੁੰਦੀ ਆ ਦੀਵਾਲੀ ਨਾਲੋਂ। ਰੀਜ਼ਨ ਇਹ ਹੈ ਕਿ ਦੀਵਾਲੀ ਸਿਰਫ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਉਹਦੇ ਪਤਾ ਲੱਗਦਾ, ਅਤੇ ਕ੍ਰਿਸਮਿਸ ਜਿਵੇਂ ਹੁਣ ਆਹ ਮੈਂ ਖੜ੍ਹਾ ਇੱਥੇ, ਚਰਨ ਸਾਈਡ ਮੋਲ ਆਈ, ਪੂਰੀਆਂ ਫੁੱਲ ਰੌਣਕਾਂ ਲੱਗੀਆਂ ਹੋਈਆਂ ਨੇ, ਡੈਕੋਰੇਸ਼ਨ ਕੀਤੀ ਹੋਈ, ਅਤੇ ਭੀੜ ਭੜਾਕਾ ਪੂਰਾ ਦੇਖਣ ਨੂੰ ਜਿਵੇਂ ਆਪਣੇ ਦੀਵਾਲੀ ਦੇ ਹੁੰਦਾ ਉਵੇਂ ਮਿਲਦਾ। ਅਤੇ ਚਲੋ ਆਪਾਂ ਹੁਣ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਉਣਾ ਕਿ ਕੀ ਹੋਇਆ ਗੱਡੀ 'ਚ, ਕਿਵੇਂ ਕਿਵੇਂ ਦੇ ਟਾਇਰ ਨੇ, ਕਿੱਥੇ ਆ ਕੀ, ਸਾਰਾ ਸਿਸਟਮ ਤੁਹਾਨੂੰ ਦੱਸੂਗਾ, ਅਤੇ ਘਰੇ ਜਾ ਕੇ ਮਿਲਦੇ ਫਿਰ ਆਪਾਂ। ਆ ਗਿਆ ਜੀ ਟਾਈਮ ਤੁਹਾਨੂੰ ਗੱਡੀ ਚੰਗੀ ਤਰ੍ਹਾਂ ਦਿਖਾਉਣ ਦਾ, ਅਤੇ ਟਾਈਮ ਹੋ ਗਿਆ 6:00 ਨੇ, ਅਤੇ 1 ਤਰੀਕ ਦੇ ਵੀ ਕਾਫੀ ਬਿਜ਼ੀ ਸੀਗਾ ਮੈਂ ਅੱਜ ਵੀ, ਅਤੇ ਤੁਹਾਨੂੰ ਦੱਸਦਾ ਕਿਉਂਕਿ ਇਹ 'ਚ ਥੋੜ੍ਹੀ ਜਿਹੀ ਪ੍ਰੋਬਲਮ ਆ ਸਕਦੀ ਆ। ਮੈਂ ਟੈਸਟ ਵੀ ਕੀਤਾ, ਕਿਉਂਕਿ ਉਹ ਟਾਇਰਾਂ ਦੀ ਆ, ਕਿਉਂਕਿ ਜਦੋਂ ਇਹ 'ਚ 5 ਬੰਦੇ ਬਹਿਣਗੇ ਤਾਂ ਮੇ ਵੀ ਜਦੋਂ ਆਪਾਂ ਫ੍ਰੀਵੇ 'ਤੇ ਜਾਵਾਂਗੇ ਹਾਈ ਸਪੀਡ 'ਤੇ, ਜਦੋਂ ਬੰਪ ਆਊਗਾ ਤਾਂ ਮੇ ਵੀ ਜਿਹੜੇ ਟਾਇਰ ਨੇ ਉਹ ਬੋਡੀ ਨਾਲ ਟੱਚ ਕਰ ਸਕਦੇ ਨੇ, ਕਿਉਂ ਉਹ ਮੈਂ ਤੁਹਾਨੂੰ ਦਿਖਾਉਣਾ ਹੁਣ। ਆਹ ਦੇਖੋ ਜੀ ਇਸ ਟਾਈਮ 'ਤੇ, ਅਤੇ ਇਸ ਟਾਈਮ 'ਤੇ ਇਹ ਬਿਲਕੁਲ ਆਪਣੀ ਜਿਵੇਂ ਕਹਿੰਦੇ ਪਾਰਕਿੰਗ ਮੋਡ 'ਤੇ ਆ, ਤਾਂ ਸਿਰਫ ਆਪਾਂ ਦੇਖ ਸਕਦੇ ਤੁਸੀਂ ਮੇਰੀਆਂ ਸਿਰਫ 2 ਉਂਗਲਾਂ ਜਾਂਦੀਆਂ ਨੇ ਗੱਡੀ ਦੇ ਵਿਚਾਲੇ ਇਹਦੇ, ਜਿਵੇਂ ਆਪਾਂ ਕਹਿੰਦੇ ਟਾਇਰ 'ਤੇ ਇਹਦੇ ਬੋਡੀ ਪੈਨਲ 'ਚ ਸਿਰਫ 2 ਉਂਗਲਾਂ ਮਸਾਂ ਹੀ ਨੇ, ਠੀਕ ਹੈ। ਅਤੇ ਇਵੇਂ ਹੀ ਤੁਹਾਨੂੰ ਮੈਂ ਬੈਕ ਸਾਈਡ 'ਤੇ ਦਿਖਾਉਣਾ, ਆਹ ਦੇਖੋ ਜੀ ਇਹ ਵੀ ਪਾਰਕਿੰਗ ਮੋਡ ਆ, ਅਤੇ ਇਹਦੇ 'ਚ ਵੀ ਜੇ ਟਾਇਰ ਤੋਂ ਲਾਵਾਂ ਤਾਂ ਸਿਰਫ 1 ਅਤੇ ਮਤਲਬ ਅੱਧੀ ਉਂਗਲ ਮਸਾਂ ਹੀ ਜਾਂਦੀ ਆ, ਅਤੇ ਬਿਲਕੁਲ ਬੋਡੀ ਦੇ ਨਾਲ ਟੱਚ ਕਰਦੀ ਆ, ਇਹਦੇ ਟਾਇਰ ਟੱਚ ਕਰਦੇ ਨੇ,
ਤਾਂ ਵਿਊ ਤੁਸੀਂ ਦੇਖੋ ਇੱਕ ਵਾਰੀ। ਹੁਣ ਤੁਹਾਨੂੰ ਪਤਾ ਲੱਗਦਾ ਹੋਣਾ ਕਿ ਟਾਇਰ ਥੋੜ੍ਹੇ ਥੋੜ੍ਹੇ ਬੋਡੀ ਤੋਂ ਬਾਹਰ ਨੇ ਗੱਡੀ ਦੇ। ਅਤੇ ਹੁਣ ਮੈਂ ਤੁਹਾਨੂੰ ਇਹ ਦਿਖਾਉਣਾ ਇਹਦਾ ਜਿਹੜਾ ਡਰਾਈਵ ਮੋਡ ਆ, ਜਦੋਂ ਚੱਲੂਗੀ ਤਾਂ ਇਹਦੇ 'ਚੋਂ ਗੈਪ ਕਿੰਨਾ ਕੁ ਆਪਾਂ ਨੂੰ ਮਿਲੂਗਾ। ਤੁਸੀਂ ਦੇਖਿਆ ਹੋਣਾ ਜੀ, ਅਤੇ ਹੁਣ ਇਹ ਹੈਗੀ ਹੈ ਡਰਾਈਵ ਮੋਡ 'ਤੇ। ਅਤੇ ਇਹਦੇ 'ਚ ਹੁਣ ਆਪਾਂ 3 ਅਤੇ 3.5 ਇਹ 3.5 ਉਂਗਲ ਰਚੀ ਜੀ ਪੈਂਦੀ ਨੀਗੀ, ਤਾਂ ਇੰਨਾ ਕੁ ਤੁਹਾਨੂੰ ਗੈਪ ਮਿਲ ਜਾਂਦਾ ਫਰੰਟ ਟਾਇਰ 'ਚੋਂ। ਅਤੇ ਜੇ ਬੈਕ ਦੀ ਗੱਲ ਕਰ ਲਈਏ ਆਪਾਂ, ਤਾਂ ਬੈਕ 'ਤੇ ਵੀ ਹੁਣ 4 ਉਂਗਲਾਂ, ਪਹਿਲਾਂ 1.5 ਸੀਗੀ ਅਤੇ ਹੁਣ 4 ਉਂਗਲਾਂ ਦਾ ਫਰਕ ਹੈ। ਅਤੇ ਪਰ ਸਟਿਲ ਤੁਸੀਂ ਦੇਖ ਸਕਦੇ ਹੋ ਕਿ ਟਾਇਰ ਥੋੜ੍ਹੇ ਥੋੜ੍ਹੇ ਬੋਡੀ ਤੋਂ ਬਾਹਰ ਨੇ। ਅਤੇ ਇਹੀ ਡਰ ਆ ਕਿ ਜਦੋਂ ਥੋੜ੍ਹੇ ਟਾਇਰ ਬੋਡੀ ਤੋਂ ਬਾਹਰ ਹੋਣ, ਤਾਂ ਜਦੋਂ ਵੀ ਇਹ ਬੰਪ ਆਊਗਾ ਹਾਈ ਸਪੀਡ 'ਤੇ, ਤਾਂ ਇਹ ਟੱਚ ਕਰ ਸਕਦੇ ਨੇ। ਮੈਂ ਵੈਸੇ ਟਰਾਈ ਕਰਕੇ ਦੇਖ ਲਿਆ ਪਰ ਲੱਗਿਆ ਨਹੀਂ, ਪਰ ਮੈਂ ਇਕੱਲਾ ਸੀਗਾ। ਅਤੇ ਜੇ 5 ਬੰਦੇ ਬੈਠੇ ਹੋਣ ਤਾਂ ਕੀ ਹੋਊਗਾ। ਅਤੇ ਹੁਣ ਤੁਹਾਨੂੰ ਇਹਦਾ ਮੈਂ ਉਹ ਵੀ ਮੋਡ ਦਿਖਾ ਦੇਣਾ ਜਿਹੜਾ ਹੁੰਦਾ ਆਪਣਾ ਆਫ ਰੋਡ ਮੋਡ, ਕਿ ਉਦੋਂ 'ਚ ਕਿੰਨੀ ਉੱਚੀ ਹੋ ਜਾਂਦੀ ਹੈ ਇਹ। ਅਤੇ ਜੀ ਇਹਦਾ ਆਫ ਰੋਡ ਮੋਡ ਵਾਸਤੇ ਆਪਾਂ ਨੂੰ ਆਹ ਬਟਨ ਪ੍ਰੈਸ ਕਰਨਾ ਪੈਣਾ ਜੀ। ਅਤੇ ਹੁਣ ਮੈਂ ਇਹਦੀ ਆਹ ਵਾਲੀ ਆਪਸ਼ਨ ਸਿਲੈਕਟ ਕਰੂੰਗਾ। ਅਤੇ ਇਹਦਾ ਆਈਸ ਵਾਲੀ ਹੈ, ਅਤੇ ਇਹ ਹੈਗੀ ਹੈ ਆਪਣੀ ਰੌਕਸ ਵਾਲੀ, ਜਿਵੇਂ ਪੱਥਰਾਂ ਪੁੱਥਰਾਂ 'ਤੇ ਚਲਾਉਣੀ ਤੁਸੀਂ। ਅਤੇ ਇਦੋਂ ਬਾਅਦ ਆਪਾਂ ਆਹ ਬਟਨ ਪ੍ਰੈਸ ਕਰ ਦੇਣਾ ਜੀ, ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਊਂਗਾ ਕਿ ਗੱਡੀ ਕਿੰਨੀ ਕੁ ਉੱਚੀ ਹੋਊਗੀ। ਅਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਹ ਜੇ ਕਲੀਅਰ ਆ ਗਿਆ ਇਹ, ਠੀਕ ਹੈ। ਅਤੇ ਇੱਥੇ ਵੀ ਆਹ ਚੀਜ਼ਾਂ ਆ ਜਾਂਦੀਆਂ। ਅਤੇ ਹੁਣ ਤੁਸੀਂ ਦੇਖੋ ਜੀ ਇਹਦੀ ਹਾਈਟ, ਠੀਕ ਹੈ। ਇਹ ਆਫ ਰੋਡਿੰਗ ਹਾਈਟ ਆ, ਮੀਨਸ ਕਿ 5 ਉਂਗਲਾਂ ਆਹ ਅਤੇ 2 ਜਾਂ 3 ਉੱਪਰ। ਤਾਂ ਇਹ ਹੈਗੀ ਜੀ ਆਫ ਰੋਡਿੰਗ ਹਾਈਟ। ਮੈਂ ਤੁਹਾਨੂੰ ਬੈਕ ਸਾਈਡ 'ਤੇ ਵੀ ਦਿਖਾ ਦਿੰਦੇ ਹਾਂ। ਦੇਖੋ ਜੀ 5 ਉਂਗਲਾਂ ਅਤੇ ਘੱਟੋ ਘੱਟ 3-3.5 ਉਂਗਲ ਫੇਰ ਆ ਜੂਗੀ। ਤਾਂ ਇਹ ਇਹਦੀ ਆਫ ਰੋਡਿੰਗ ਹਾਈਟ ਆ ਗੱਡੀ ਦੀ। ਕਾਫੀ ਉੱਚੀ ਹੋਈ ਹੈ ਜੀ ਗੱਡੀ ਜਦੋਂ ਆਫ ਰੋਡਿੰਗ ਮੋਡ 'ਤੇ ਪਾਉਂਦੇ ਹਾਂ ਇਹਨੂੰ ਤੁਸੀਂ, ਇਹਦੀ ਲੁੱਕ ਹੀ ਬਦਲ ਜਾਂਦੀ ਸਾਰੀ ਗੱਡੀ ਦੀ। ਅਤੇ ਬਸ ਜੀ ਅੱਜ ਮੈਂ ਵੀਡੀਓ ਅੱਜ ਅਤੇ ਜਾਂ ਕੱਲ੍ਹ ਜਿਹੜੀ ਵੀ ਪਿੱਛੇ ਵੀ ਬਣਾਈ ਆ, ਤਾਂ ਇਹ ਥੋੜ੍ਹੀ ਜ਼ਿਆਦਾ ਵਧੀਆ ਨਹੀਂ ਬਣ ਸਕੀ ਕਿਉਂਕਿ ਮੈਂ ਥੋੜ੍ਹਾ ਜਿਹਾ ਬਿਜ਼ੀ ਸੀਗਾ। ਪਰ ਮੈਨੂੰ ਸੀਗਾ ਕਿ ਮੈਂ ਤੁਹਾਨੂੰ ਟਾਇਰ ਦਿਖਾ ਸਕਾਂ ਗੱਡੀ ਦੇ ਕਿ ਰੇਂਜ ਰੋਵਰ ਦੇ ਆਫ ਰੋਡ ਟਾਇਰ ਕਿਵੇਂ ਦੇ ਲੱਗਦੇ ਨੇ, ਅਤੇ ਉਹ ਤੁਸੀਂ ਦੇਖ ਲਏ ਨੇ। ਅਤੇ ਇਹ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਹਾਂ ਕਿ ਜਿਵੇਂ ਨੂੰ ਗਾਰਡ ਰੋਲਿੰਗ ਕਹਿੰਦੇ ਨੇ, ਪਰ ਗਾਰਡ ਰੋਲਿੰਗ ਉਦੋਂ ਹੋ ਸਕਦੀ ਆ ਜੇ ਤੁਹਾਡੇ ਜਿਹੜੇ ਟਾਇਰ ਨੇ ਗੱਡੀ ਦੇ ਉਹ ਬੋਡੀ ਦੇ ਅੰਦਰ ਹੀ ਹੋਣ। ਪਰ ਅੰਦਰ ਕਈ ਵਾਰ ਜਿਹੜੀ ਇੱਕ ਪੱਤੀ ਜੀ ਵਧੀ ਹੁੰਦੀ ਆ ਉਹਨੂੰ ਗਾਰਡ ਰੋਲਿੰਗ ਕਹਿੰਦੇ ਨੇ, ਉਹ ਥੋੜ੍ਹੀ ਜਿਹੀ ਹੋਲਡ ਕਰ ਦਿੰਦੇ ਤਾਂ ਕਿ ਟਾਇਰ ਅੰਦਰ ਅੰਦਰ ਹੀ ਰਹਿਣ। ਪਰ ਇਸ 'ਤੇ ਇਸ ਗੱਡੀ ਦੇ ਟਾਇਰ ਥੋੜ੍ਹੇ ਥੋੜ੍ਹੇ ਬਾਹਰ ਨੇ, ਤਾਂ ਇਹਦੇ 'ਚ ਗਾਰਡ ਰੋਲਿੰਗ ਨਹੀਂ ਹੋ ਸਕਦੀ। ਪਰ ਏਅਰ ਸਸਪੈਂਸ਼ਨ ਹੈਗੀ ਆ, ਤਾਂ ਉਹਦਾ ਮੈਨੂੰ ਇਹ ਫਾਇਦਾ ਹੈਗਾ ਕਿ ਹਾਂ ਮੈਂ ਆਫ ਰੋਡਿੰਗ ਮੋਡ 'ਤੇ ਕਰਕੇ ਇਹਨੂੰ ਚਲਾ ਸਕਦਾ ਤਾਂ ਕੋਈ ਵੀ ਪ੍ਰੋਬਲਮ ਨਹੀਂ। ਵੈਸੇ ਜਿਹੜੀ ਡਰਾਈਵ ਮੋਡ ਆ ਤੁਸੀਂ ਦੇਖ ਹੀ ਲਿਆ, ਉਹਦੇ 'ਚ ਵੀ ਮੈਨੂੰ ਕਾਫੀ ਸਪੇਸ ਮਿਲ ਜਾਂਦੀ ਆ ਬੋਡੀ ਨਾਲੋਂ, ਅਤੇ ਉਹਦੇ 'ਚ ਵੀ ਮੈਨੂੰ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ। ਪਰ ਜੇ ਆਉਂਦੀ ਆ ਤਾਂ ਇੱਕੋ ਹੀ ਹੱਲ ਇਹਦਾ ਕਿ ਹਾਂ ਫਿਰ ਆਪਾਂ ਕੀ ਕਰਾਂਗੇ, ਵੀਲ ਇਹੀ ਰੱਖਾਂਗੇ। ਤਾਂ ਜਿਹੜੇ ਟਾਇਰ ਨੇ ਥੋੜ੍ਹੇ ਜਿਹੇ, ਜਿਵੇਂ ਇਹ ਹੈਗਾ ਸਾਈਜ਼ ਹੈਗਾ ਟਾਇਰਾਂ ਦਾ 275/50/20, ਤਾਂ ਆਪਾਂ ਕੀ ਕਰਾਂਗੇ 265/50 ਕਰ ਦਾਂਗੇ, ਠੀਕ ਆ, ਅਤੇ 20 ਕਰ ਦਾਂਗੇ। ਅਤੇ ਬਾਕੀ ਇਹ ਡਿਪੈਂਡ ਕਰਦਾ ਸ਼ੋਪ 'ਤੇ ਜਾ ਕੇ ਕਿ ਉਹਨਾਂ ਨੂੰ ਕੀ ਲੱਗੂਗਾ ਸਹੀ, ਕਿ ਹਾਂ ਵੀ ਇੰਨੇ ਕੁ ਸਾਈਜ਼ ਨਾਲ ਫਰਕ ਨਾ ਇੰਨੀ ਕੁ ਟੱਚ ਕਰਦੇ ਤਾਂ ਇਹ ਸਾਈਜ਼ ਦਾ ਟਾਇਰ ਪੈ ਜੂਗਾ, ਅਤੇ ਉਹ ਚੀਜ਼ ਕਰਕੇ ਫਿਰ ਗੱਲ ਬਣੂਗੀ। ਪਰ ਮੈਨੂੰ ਲੱਗਦਾ ਕਿ ਹਜੇ ਸਹੀ ਲੱਗਦਾ ਵਾ, ਕਿਉਂਕਿ ਜਿੰਨੀ ਕੁ ਮੈਂ ਡਰਾਈਵ ਕੀਤੀ ਆ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗੀ। ਅਤੇ ਬਾਕੀ ਤੁਸੀਂ ਦੇਖਿਓ ਕਿ ਤੁਹਾਨੂੰ ਗੱਡੀ ਦੀ ਲੁੱਕ ਕਿੱਦਾਂ ਦੀ ਲੱਗੀ। ਅਤੇ ਵੀਡੀਓ ਲਈ ਮਾਫੀ ਹੈ ਕਿਉਂਕਿ ਮੈਨੂੰ ਬਾਹਲੀ ਵਧੀਆ ਨਹੀਂ ਬਣ ਸਕੀ, ਮੈਨੂੰ ਖੁਦ ਨੂੰ ਪਤਾ, ਕਿਉਂਕਿ ਮੇਰਾ ਧਿਆਨ ਟਾਇਰਾਂ ਵਾਲੇ ਸੀਗਾ। ਅਤੇ ਇਹ ਹਫ਼ਤਾ ਮੈਂ ਸਾਰਾ ਮਤਲਬ ਇਹਨਾਂ ਬਾਰੇ ਦੇਖਦਾ ਰਿਹਾ ਕਦੋਂ ਆਉਣਗੇ ਕਿਵੇਂ ਕਰਨਾ ਕੀ ਕਰਨਾ। ਅਤੇ ਬਸ ਕਾਹਲੀ ਕਾਹਲੀ ਜਿਹੀ ਬਣਾਈ ਆ, ਅਤੇ 2-4 ਪਰਸਨਲ ਕੰਮ ਸੀਗੇ ਤਾਂ ਜਿਵੇਂ ਮੈਂ ਸ਼ਿਫਟ 'ਤੇ ਸੀਗਾ ਉਹ ਫਿਨਿਸ਼ ਕਰਕੇ ਤਾਂ ਸਿੱਧਾ ਘਰ ਆਇਆ, ਫਿਰ ਉਹ ਕੰਮ ਕੁੰਮ ਕੀਤੇ ਤਾਂ 6 ਵੱਜ ਗਏ, ਅਤੇ ਵੀਡੀਓ ਫਿਨਿਸ਼ ਕਰਦੇ ਨੂੰ। ਅਤੇ ਚਲੋ ਫਿਰ, ਜੇ ਅੱਜ ਦੀ ਵੀਡੀਓ ਥੋੜ੍ਹੀ ਬਹੁਤ ਵੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਤਦ ਤੱਕ ਲਈ